ਜ਼ਿਲ੍ਹਾ ਜਲੰਧਰ ਦੇ ਗੁਰੈਣ ਸ਼ਹਿਰ ਵਿੱਚ ਅੱਜ ਦੇਰ ਸ਼ਾਮ ਨੂੰ ਵਾਲਮੀਕਿ ਸਮਾਜ ਦੇ ਲੋਕਾਂ ਵਿੱਚ ਉਸ ਸਮੇਂ ਰੋਸ ਦੀ ਲਹਿਰ ਦੌੜ ਗਈ ਜਦੋਂ ਦੇਰ ਸ਼ਾਮ ਨੂੰ ਭਗਵਾਨ ਵਾਲਮੀਕਿ ਆਸ਼ਰਮ ਰਾਮਗੜੀਆ ਮੁਹੱਲਾ ਵਿੱਚ ਇੱਕ ਨੌਜਵਾਨ ਆਸ਼ਰਮ ਵਿੱਚ ਮੱਥਾ ਟੇਕਣ ਗਿਆ ਤਾਂ ਉਸਨੇ ਦੇਖਿਆ ਕਿ ਆਸ਼ਰਮ ਦੇ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪੂਜਾ ਲਈ ਰੱਖੇ ਗਏ ਸਮਾਨ ਅਤੇ ਨਿਤਨੇਮ ਦੀਆਂ ਚੀਜ਼ਾਂ ਨੂੰ ਸੁੱਟਿਆ ਹੋਇਆ ਸੀ ਅਤੇ ਇਸ ਦੇ ਨਾਲ ਹੀ ਆਸ਼ਰਮ ਵਿੱਚ ਲੱਗੇ ਸੱਤਿਆ ਚਿੰਨ੍ਹ ਨੂੰ ਵੀ ਤੋੜਿਆ ਹੋਇਆ ਸੀ। ਨੌਜਵਾਨ ਨੇ ਇਸ ਮਾਮਲੇ ਦੀ ਸੂਚਨਾ ਜਦੋਂ ਇੱਕ ਵੀਡੀਓ ਬਣਾ ਕੇ ਆਪਣੇ ਬਾਕੀ ਸਾਥੀਆਂ ਨੂੰ ਦਿੱਤੀ ਤਾਂ ਉਸ ਤੋਂ ਬਾਅਦ ਭਗਵਾਨ ਵਾਲਮੀਕਿ ਜੀ ਦਾ ਸਨਮਾਨ ਕਰਨ ਵਾਲੇ ਸਾਰੇ ਨੌਜਵਾਨ ਗੁਰਾਇਆ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਅਤੇ ਭਗਵਾਨ ਵਾਲਮੀਕਿ ਸਿਟੀ ਸਭਾ ਦੇ ਪ੍ਰਧਾਨ ਸੰਜੇ ਅਟਵਾਲ ਦੀ ਅਗਵਾਈ ਵਿੱਚ ਗੁਰਾਇਆ ਥਾਣੇ ਪਹੁੰਚੇ ਤੇ ਉਹਨਾਂ ਨੇ ਥਾਣਾ ਮੁਖੀ ਗੁਰਾਇਆ ਨੂੰ ਮਾਮਲੇ ਵਿੱਚ ਕਾਰਵਾਈ ਕਰਨ ਲਈ ਲਿਖਿਤ ਸ਼ਿਕਾਇਤ ਦਿੱਤੀ। ਥਾਣਾ ਗੁਰਾਇਆ ਦੇ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਲਿਖਤੀ ਸ਼ਿਕਾਇਤ ਮਿਲ ਗਈ ਹੈ ਤੇ ਜਲਦ ਹੀ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜੈ ਵਾਲਮੀਕਿ, ਹਰਨ ਵਾਲਮੀਕਿ। ਅੱਜ ਬਹੁਤ ਹੀ ਮਾੜੀ ਘਟਨਾ ਹੋਈ ਹੈ ਸਾਡੇ ਵਾਲਮੀਕਿ ਆਸ਼ਰਮ ਰਾਮਗੜੀਆ ਮੁਹੱਲਾ ਵਿੱਚ। ਅੱਜ ਸਵੇਰੇ ਜਦੋਂ ਸਾਡੇ ਲੜਕੇ ਮੰਦਰ ਮੱਥਾ ਟੇਕਣ ਗਏ, ਉਹਨਾਂ ਨੇ ਦੇਖਿਆ ਕਿ ਮੰਦਰ ਦੇ ਵਿੱਚ ਸਾਰਾ ਸਮਾਨ ਖਿਲਾਰਿਆ ਹੋਇਆ ਸੀ, ਗੁਟਕਾ ਸਾਹਿਬ ਚੱਕ ਕੇ ਥੱਲੇ ਸੁੱਟੇ ਹੋਏ ਸੀ, ਭਗਵਾਨ ਵਾਲਮੀਕਿ ਮਹਾਰਾਜ ਦੀ ਮੂਰਤੀ 'ਤੇ ਜਿਹੜਾ ਦੁਸ਼ਾਲਾ ਪਾਇਆ ਹੋਇਆ ਸੀ ਉਹ ਵੀ ਚੱਕ ਕੇ ਥੱਲੇ ਸੁੱਟਿਆ ਹੋਇਆ ਸੀ। ਬਹੁਤ ਹੀ ਕਿਸੇ ਮਾੜੀ ਘਟਨਾ ਅੱਜ ਹੋਈ ਆ। ਅਸੀਂ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਆ ਔਰ ਅਸੀਂ ਇਹ ਬੇਨਤੀ ਕਰਾਂਗੇ, ਅਪੀਲ ਵੀ ਕਰਾਂਗੇ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਅੰਦਰ ਦਿੱਤਾ ਜਾਵੇ। ਜੈ ਵਾਲਮੀਕਿ, ਹਰਨ ਵਾਲਮੀਕਿ। ਦਰਖਾਸਤ ਸੁਦੇਸ਼ ਕੁਮਾਰ ਬਿੱਲਾ ਜੀ ਵੱਲੋਂ ਆਈ ਹੈ ਕਿ ਭਗਵਾਨ ਵਾਲਮੀਕਿ ਧਰਮਸ਼ਾਲਾ ਰਾਮਗੜੀਆ ਮੁਹੱਲਾ ਗਰਾਇਆਂ ਵੱਲੋਂ ਉੱਥੇ ਕਿਸੇ ਸ਼ਰਾਰਤੀ ਅਨਸਰ ਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਜੋ ਗੁਰੂ ਮਹਾਰਾਜ ਦੀ ਮੂਰਤੀ ਉੱਪਰ ਕੱਪੜਾ ਪਾਇਆ ਸੀ ਉਹ ਖਿਲਾਰ ਖੋਲ੍ਹ ਕੇ ਸੁੱਟ ਦਿੱਤਾ, ਉੱਥੇ ਕੱਪੜੇ ਪਏ ਸੀ ਉਹ ਖਿਲਾਰ ਦਿੱਤੇ। ਇਹਦੇ ਸੰਬੰਧ ਵਿੱਚ ਏਸੀ ਸੁਰਜੀਤ ਸਿੰਘ ਮੌਕੇ 'ਤੇ ਗਿਆ ਸੀ। ਇਹਨਾਂ ਦੇ ਜੋ ਸ਼ਰਾਰਤੀ ਅਨਸਰ ਹੈ ਛੇਤੀ ਤੋਂ ਛੇਤੀ ਫੜ ਕੇ ਉੱਤੇ ਕਾਰਵਾਈ ਕੀਤੀ ਜਾਊ, ਜਿਸਦੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ।